ਬੱਚੇ ਔਰ ਜਿਹੜੇ ਲੋਕ ਰੋਜ਼ ਟਾਂਗਾ ਖਾਦੇ ਕੌਣ ਡੇਲੀ ਬੇਸਰ ਸਾਰੇ ਡੇਲੀ ਬੇਸਰ ਪੜ ਕਰੇ ਵਾਲੇ ਨੂੰ ਉਸੇ ਨੇ ਵਿਚਾਰੇ ਉਹਨੇ ਸਾਰੇ ਕੀ ਅਸਰ ਪੱਕਾ ਕਰਨਾ ਹਰ ਬੰਦੇ ਕੀ ਪੱਕਾ ਕਰਨਾ ਕਿਉਂ ਕਰਨਾ ਔਰ ਮੈਂ ਤੁਸੀਂ ਡੇਲੀ ਬੇਸਰ ਚ ਬਿਜਲੀ ਚ ਲੱਗੇ ਦੇ ਮੈਂ ਤੁਸੀਂ ਸਰਾ ਉਹ ਵਿਚਾਰੇ ਇੱਕ ਦਿਨ ਸਾਰੇ ਇੱਥੇ ਮਸੋਲੀ ਚ ਤੁਸੀਂ ਸੁਣਿਆ ਹੋਣਾ ਮੈਂ ਉਸ ਵੇਲੇ ਲੜਾਈ ਲੜਾ ਗੌਰਮੈਂਟ ਕਹਿੰਦਾ ਮੈਂ ਫਿਰ ਆਇਆ ਮਹਾਰਾਜ ਬੱਚਾ ਖੰਬੇ ਪਰ ਚੜੇਗਾ ਉੱਥੇ ਸੜੀ ਹੈ ਉੱਥੇ ਸੜੀ ਹੈ ਰਸੋਲੀ ਦਾ ਔਰ ਅਜੇ ਤੱਕ ਤੁਸੀਂ ਨੌਕਰੀ ਨਹੀਂ ਦੇ ਸਕਿਆ ਕਿ ਬੇਈਮਾਨ ਜਿਹੜੇ ਵੱਡੇ ਬੀਜੇਪੀ ਬਣ ਗਈ ਹੈ ਅਸਾਂ ਤੁਹਾਡੀ ਦੇ ਘਰ ਨੌਕਰੀ ਅਸਾਂ ਵਾਪਸ ਕਰਨੀ ਇਹ ਕੋਈ ਮਜ਼ਾਕ ਥੋੜੀ ਹੈ ਲੋਕਾਂ ਦੀਆਂ ਬਾਹਾਂ ਐਸੇ ਐਸੇ ਦੱਸਿਆ ਬਿਜਲੀ ਚ ਜਿਹਦੀ ਬਾਂਹ ਕਟੋਈ ਨੀ ਇਹ ਕਟੋਈ ਨੀ ਕੱਖ ਨੀ ਦੇਦਾ ਔਰ ਉਹਨੇ ਲੋਕ ਕੁਛ ਨੀ ਮਿਲਿਆ ਇਹ ਸਰਕਾਰ ਹੈ 10 ਸਾਲ ਦਾ ਕੁਛ ਨੀ ਦਿੱਤਾ ਲੋਕਾਂ ਨੇ ਔਰ ਜਿਹੜੇ 100 ਲੋਕ ਸਾਡੇ ਨੌਕਰੀਆਂ ਕਰਨ ਦੇ ਪਲੇ ਦਾ ਨਹੀਂ ਆ ਛਾਲੇ ਪੇ ਦੇ ਮੁੰਡੇ ਛੋਈਏ ਫੁੱਲੀਏ ਦੇ ਮੁੰਡੇ ਕੁਛ ਦਰਸ ਨਹੀਂ ਹੈ ਕੋਈ ਦਰਸ ਨਹੀਂ ਹੈ ਔਰ ਬੱਚੇ ਕੀ ਗਲਾ ਦੇ ਫੁੱਲੀ ਇਹ ਫੁੱਲੀ ਔਰ ਤੁਸੀਂ ਸਾਰੇ ਪੜ੍ਹੇ ਲਿਖੀਏ ਚਲੋ ਥੱਲੇ ਕਿਉਂ ਥੱਲੇ ਨੀ ਅਸੀਂ ਇੱਥੇ ਰੋਣਾ ਇੱਦੀ ਐਸੀ ਤੈਸੀ ਨੌਕਰੀ ਲੈਣੀ ਇਹਦੇ ਕੋਲ ਠੀਕ ਹੈ ਮਤਲਬ ਹੈ ਸਾਡੇ ਬੱਚੇ ਠੇਕਾ ਲੈਣਾ ਕੋਈ ਟੈਂਡਰ ਭਰੇਗਾ ਕਿ ਸਾਡਾ ਬੱਚਾ ਪੜ੍ਹਨੇ ਬਾਅਦ ਵੀ ਪੱਲੇਦਾਰੀ ਕਰੇਗਾ ਨਹੀਂ ਕਰੇਗਾ ਇਹ ਖਰੇ ਪੱਲੇਦਾਰੀ ਦੀ ਬਾਣ ਬਣਾਓ ਕਿਉਂ ਅਸਾਂ ਬਣਾਉਣੇ ਨੇ ਮਾਸਟਰ ਅਸਾਂ ਬਣਾਉਣੇ ਟੀਚਰ ਅਸਾਂ ਬਣਾਉਣੇ ਡਾਕਟਰ ਅਸਾਂ ਬਣਾਉਣੇ ਇੰਜੀਨੀਅਰ ਅਸਾਂ ਬਣਾਉਣੇ ਨੇ ਆਂਗਨਵਾੜੀ ਦੇ ਵਿੱਚ ਲਾਉਣੇ ਅਸਾਂ ਲਾਉਣੀਆਂ ਕੁੜੀਆਂ ਨਰਸਾਂ ਅਸਾਂ ਲਾਉਣੇ ਨੇ ਸਾਰੇ ਹੀ ਦੇਣਾ ਕਾਰੋਬਾਰ ਬਣਾਉਣੇ ਨੇ ਕਲਰਕ ਬਣਾਉਣੇ ਨੇ ਅਫਸਰ ਅਸਾਂ ਨਹੀਂ ਬਣਨਾ ਅਸੀਂ ਨਹੀਂ ਚਾਹੁੰਦੇ ਸਾਰੇ ਬੱਚੇ ਕਿੰਨੇ ਮਰਨ ਉੱਥੋਂ ਆਈਏ ਕਿੰਨੀਆਂ ਬਿਮਾਰੀਆਂ ਲਈਏ ਮਾਰੋ ਆਂਗਨ ਕਿੰਨਾ ਹਾਲ ਸਾਰਾ ਖਰਾਬ ਹੋਇਆ ਔਰ ਕਿੰਨੀ ਕਿੰਨੀ ਚੁਟਕੀਆਂ ਗੁਰਕੇ ਨਿਸਵਾਰ ਜਨਤਾ ਦੁਨੀਆਂ ਦੀ ਬਿਮਾਰੀ ਸਾਡੇ ਘਰ ਆਈ ਹੈ ਇਸ ਕਰੀ ਸਾਰੀ ਰੋਕਣੀ ਅਸਾਂ ਹਰ ਚੀਜ਼ ਰੋਕੇ ਹਰ ਬੱਚੇ ਕਾਰੋਬਾਰ ਦੇ ਨਾਲ ਔਰ ਮੇਰੀਆਂ ਧੀਆਂ ਸਾਡੇ ਬੱਚੇ ਇਲਾਕਾ ਸੁੰਦਰ ਸ਼ਾਨਦਾਰ ਇਲਾਕਾ ਔਰ ਇੰਨਾ ਸ਼ਾਨਦਾਰ ਇਲਾਕਾ ਅੰਨੀ ਸਰਕਾਰ ਮੈਂ ਤੁਸੀਂ ਸੁਣਾ ਤੁਹਾਡਾ ਮੈਂ ਟੂਰਿਜ਼ਮ ਚ ਏਰੀਆ ਫਰੋਮ ਲਖਨਪੁਰ ਟੂ ਸਰਥਲ ਔਰ ਇਹ ਸਾਰੇ ਗ੍ਰਾਮ ਵਿੱਚ ਸ਼ਾਮਲ ਕੀਤੇ ਦੇ ਸਾਰੇ ਗ੍ਰਾਮ ਸ਼ਾਮਲ ਕੀਤੇ ਦੇ ਔਰ ਇਹਨੇ ਵੀ ਸਾਰੇ ਦੀ ਜਗ੍ਹਾ ਜਗ੍ਹਾ ਅਸੀਂ ਟੂਰਿਸਟ ਤੇ ਰਹਿਣ ਵਾਸਤੇ ਇੰਤਜ਼ਾਮ ਵੀ ਕੀਤਾ ਔਰ ਕਈ ਜਗ੍ਹਾ ਬਿਲਡਿੰਗਾਂ ਬਣਾਈਆਂ ਔਰ ਮੈਂ ਤੁਸੀਂ ਗਲਾਨ ਚਾਹਨਾ ਇਹ ਸਾਰੀ ਪਲੈਨਿੰਗ ਅਸੀਂ ਆਪਣੀ ਜਿਹੜੀ ਕਾਨਸਟੀਚੂਐਂਸੀ ਹੈ ਇੱਕ ਟੂਰਿਸਟ ਕਾਨਸਟੀਚੂਐਂਸੀ ਬਣਾਈ ਹੈ ਯਾਤਰੂਆਂ ਨੇ ਅੱਛੇ ਯਾਤਰੂਆਂ ਔਰ ਸੁਣੋ ਲਦਾਖ ਸਾਡੇ ਕੋਲ ਇੱਡਾ ਐਡਵਾਂਸ ਨਹੀਂ ਹੈ ਲਦਾਖ ਪਿਛੜੇ ਇਲਾਕਾ ਹੈ ਸਾਡੇ ਕੋਲ ਅੱਜ ਲਦਾਖ ਦੇ ਅੰਦਰ ਟੂਰਿਜ਼ਮ ਦੀ ਵਜ੍ਹਾ ਕਰਨਾ ਔਰ ਟੂਰਿਜ਼ਮ ਵੀ ਕੀ ਸੁਣੋ ਹਰ ਘਰ ਗਈ ਉਹਨੇ ਕੀ ਮਕਾਨ ਗਈ 2-2, 4-4 ਕਮਰੇ ਉਹਨੇ ਲੋਨ ਮਿਲਦਾ ਪੈਸੇ ਮਿਲਦੇ ਸਬਸਿਡੀ ਮਿਲਦੀ ਔਰ ਬੈਡਰੂਮ ਆਪਣੇ ਅਸਰ ਸੋਨੇ ਅਸਰ ਬਣਾ ਲੈਂਦੇ ਤੇ ਟੂਰਿਸਟਾਂ ਦਾ ਉਹਨੇ ਘਰ ਸੀ ਇੱਥੇ ਪੇਇੰਗ ਗੈਸਟ ਘਰ ਹੀ ਘਰ ਗਿਆ ਔਰ ਉੱਥੇ ਵੀ ਅੰਗਰੇਜ਼ ਆਉਂਦੇ ਦੂਰ ਆਉਂਦੇ ਫਿਰ ਉੱਥੇ ਗਏ ਉਹਨੇ ਕੀ ਪੈਸੇ ਮਿਲਦੇ ਅੱਜ ਲਦਾਖੀ ਇੰਨੇ ਅਮੀਰ ਹੋਏ ਨੇ ਤੁਸੀਂ ਪਤਾ ਨਹੀਂ ਹੈ ਟੌਪ ਦੇ ਅਮੀਰ ਹੋਈ ਦੇ ਮੈਂ ਉੱਥੇ ਸਾਰਾ ਜਾਣਦਾ ਔਰ ਮਿਗੀ ਉਹ ਮੇਰੇ ਦਿਮਾਗ 'ਚ ਸਾਰੀ ਕਹਾਣੀ ਚੱਲਦੀ ਕਿ ਮੇਰੇ ਲੋਕ ਵੀ ਅਮੀਰ ਹੋਈ ਸਕਦੇ ਮੇਰੇ ਲੋਕ ਵੀ ਸੌਖੇ ਹੋ ਸਕਦੇ ਮੇਰੇ ਲੋਕ ਵੀ ਅੱਗੇ ਵਧੀ ਸਕਦੇ ਮੈਂ ਚਾਹੁੰਦਾ ਤੁਹਾਡੀ ਜ਼ਿੰਦਗੀ ਪਾਸ ਪੈਰਿਸ ਲਾਈਫ ਹੋਣੀ ਚਾਹੀਦੀ ਤੁਹਾਡੀ ਅੱਛੀ ਜ਼ਿੰਦਗੀ ਹੋਣੀ ਚਾਹੀਦੀ ਇਸ ਲਈ ਹੈ ਮੈਂ ਜਨਾਬ ਸਾਰੇ ਗੱਲਾਂ ਚਾਹੁੰਦਾ ਮੇਰੀ ਜਨਾਬ ਹੈ ਜੀ ਔਰ ਮੈਂ ਜਨਾਬ ਸਾਰੇ ਗੱਲਾਂ ਚਾਹੁੰਦਾ ਕਿ ਸਾਰੇ ਲੋਕ ਸਹਿਯੋਗ ਕਰੋ ਕੁੜੀਓ ਇਹ ਗੱਲ ਤੁਹਾਡੇ ਸੇ ਬੜੀ ਫਾਇਦੇ ਲਈ
ਥੋੜੇ ਜਿਹੇ ਸੈਲਫ ਹੈਲਪ ਗਰੁੱਪ ਵਾਲਿਆਂ ਖੜੇ ਕਰੋ, ਸੈਲਫ ਹੈਲਪ ਗਰੁੱਪ ਵਾਲੇ ਇੰਡੀਅਨ ਔਰ ਬਣਾਓ, ਸੁਣੋ ਔਰ ਬਣਾਓ, ਤੁਸੀਂ ਮੈਂ ਫਾਇਦਾ ਸਮਝਾਉਣਾ। ਸਾਰੀ ਪਹਿਲੇ ਸਰਕਾਰ ਦਿਆਂ ਦੀ ਬੈਂਕ ਚ ਤੁਸੀਂ ਹੀ ਸੂਦ ਉੱਪਰ ਪੈਸੇ, ਅਸੀਂ ਹਰ ਸੈਲਫ ਹੈਲਪ ਗਰੁੱਪ ਦੀ 5 ਲੱਖ ਰੁਪਈਆ ਬਗੈਰ ਸੂਦੋਂ ਦੇਣਾ, ਬਗੈਰ ਸੂਦੋਂ ਦੇਣਾ, ਮੇਰੀ ਗੱਲ ਸੁਣ ਲਓ। ਜਿੰਨੇ ਸੈਲਫ ਹੈਲਪ ਗਰੁੱਪ ਬਣਾਓ, ਜਿੰਨੀਆਂ ਬੱਚੀਆਂ ਕੁਛ ਚਾਹੀਦਾ, ਹਰ 12 ਦਾ ਗਰੁੱਪ ਹੁੰਦਾ, 10 ਹੁੰਦਾ, ਹਰ 12 ਦੇ 10 ਦੇ ਗਰੁੱਪ ਕੀ ਕਿੰਨੇ ਪੈਸੇ ਮਿਲਣੇ? 5 ਲੱਖ ਰੁਪਈਆ ਬਗੈਰ ਸੂਦ, ਨੋ ਇੰਟਰਸਟ। ਔਰ ਕਿਉਂਕਿ ਔਰਤ ਨੇ ਆਪਣਾ ਯਕੀਨ ਬਣਾਇਆ, ਸੁਣੋ ਕੁੜੀਓ, ਔਰਤ ਨੇ ਆਪਣਾ ਯਕੀਨ ਬਣਾਇਆ ਔਰ ਪੂਰੀ ਦੁਨੀਆਂ ਚ ਬਣਾਇਆ ਔਰ ਸਾਡੇ ਦੇਸ਼ ਖਾਸ ਬਣਾਇਆ। ਬੇਈਮਾਨੀ ਹੈ, ਨਾ ਵਿਕਦੀ ਹੈ, ਨਾ ਕੋਈ ਪੈਸਾ ਲੈਂਦੀ ਹੈ, ਨਾ ਹੈ, ਸਾਰੇ ਕੋਲ ਵਧੀਆ ਕੋਈ ਹੈ ਤੇ ਔਰਤ ਹੈ। ਤੁਹਾਡੇ ਯਕੀਨ ਕਰੀਏ, ਸਰਕਾਰ ਵੀ ਯਕੀਨ ਹੈ, ਬੈਂਕ ਵੀ ਯਕੀਨ ਹੈ, ਗੌਰਮੈਂਟ ਵੀ ਯਕੀਨ ਹੈ, ਰਾਹੁਲ ਗਾਂਧੀ ਯਕੀਨ ਹੈ, ਪ੍ਰਿਅੰਕਾ ਗਾਂਧੀ ਯਕੀਨ ਹੈ, ਲਾਲ ਸਿੰਘ ਯਕੀਨ ਹੈ ਕਿ ਇਹਨੇ ਕੀ 5 ਲੱਖ ਰੁਪਈਆ ਇਹਨੇ ਕੀ ਬਗੈਰ ਸੂਦੋਂ ਦਿਓ, ਕੋਈ ਨੁਕਸਾਨ ਨੀ, ਸਾਡੀ ਬੱਚੀਆਂ ਤਰੱਕੀ ਕਰਨਗੀਆਂ। ਔਰ ਜਿਹੜੇ ਨਹੀਂ ਗਰੁੱਪ ਬਣੇ ਦੇ, ਤੁਸੀਂ ਵੀ ਗਰੁੱਪ ਬਣਾ ਲਓ ਸਾਰੇ, ਔਰ ਸਾਰੇ ਸ਼ਾਮਿਲ ਕਰੋ ਇਹਨਾਂ ਗਰੁੱਪੇ ਕੀ ਕੁਛ ਨੀ ਦਿੱਤਾ। ਔਰ ਗਰੁੱਪ 13 ਚ ਬਣੇ, 2013 ਚ ਜਿਹੜੇ ਮੈਂ ਮੈਂਬਰ ਪਾਰਲੀਮੈਂਟ ਹਾਂ, ਪਤਾ ਹੋਣਾ ਚਾਹੀਦਾ ਇਹ ਮੈਂ ਕੀਤਾ ਹੈ ਕੰਮ ਇਹ, ਔਰ ਸਾਡੀ ਸਰਕਾਰ ਹੀ ਕਾਂਗਰਸ ਹੋਣਾ ਸੀ ਕੀਤਾ। ਅੱਜ ਇਹ ਗਰੁੱਪ ਦੁਆਰਾ ਸਾਡੀ ਸਰਕਾਰ ਜਿਹਨਾਂ ਗਰੁੱਪ ਬਣਾਏ ਦੁਬਾਰਾ ਸਰਕਾਰ ਆ ਗਈ, ਉਸ ਗਰੁੱਪ ਕੀ 5 ਲੱਖ ਰੁਪਈਆ ਬਗੈਰ ਸੂਦੋਂ ਮਿਲੇ, ਚੇਤਾ ਰੱਖ ਲਿਆ 3000 ਰੁਪਇਆ ਚੇਤਾ ਰੱਖ ਲਿਆ। ਔਰ ਕਿਸੇ ਦੀ ਪੈਨਸ਼ਨ, ਕੋਈ ਵੀ ਪੈਨਸ਼ਨ ਕੋਰਟ ਚ ਨਹੀਂ ਜਾਣਾ, ਚੇਤਾ ਰੱਖੀ ਲਾਇਓ। ਜਿਹੜਾ ਰਾਸ਼ਨ ਤੁਸੀਂ ਮਿਲਦਾ ਹਾ 35 ਕਿਲੋ ਤੇਲ, ਤੇ ਕਨੇ ਮਿਲਦੀ ਖੰਡ ਬੰਦ ਹੋਈ, 4 ਕਿਲੋ ਕਣਕ ਤੇ 1 ਕਿਲੋ ਕੀ ਮਿਲਾ ਜੀ ਚੌਲ, ਤੇ ਕਹਿੰਦੇ ਅੰਗੂਠਾ, ਅੰਗੂਠਾ ਪੜ੍ਹੇ ਲਿਖੇ ਅੰਗੂਠਾ, ਅਨਪੜ੍ਹ ਦੀ ਸਰਕਾਰ ਅੰਗੂਠਾ ਲਾ ਲਾ। ਫਿਰ ਰਾਸ਼ਨ ਕਾਰਡੇ ਪਰ ਰਾਸ਼ਨ ਮਿਲਣਾ, ਜਿਹੜਾ ਬੱਚਾ ਰਾਸ਼ਨ ਕਾਰਡ ਲਈਏ ਜਾਂਦਾ ਹਾਂ ਪਹਿਲੇ ਉਹ ਜਾਈਏ ਰਾਸ਼ਨ ਲੈ ਆਉਂਦਾ ਹਾਂ। ਔਰ ਸੁਣੋ, ਕਦੇ ਕਦੇ ਜ਼ਰੂਰਤ ਹੁੰਦੀ ਸੀ, ਇੱਕ ਭੈਣ ਦੀ, ਦੂਜੀ ਭੈਣ, ਭੈਣ ਮੇਰੇ ਥੋੜਾ ਇੱਕ ਉਹ ਆਈ ਹੈ ਸਾਰੇ ਘਰ ਕੋਈ ਫੰਕਸ਼ਨ ਹੈ ਤੇ ਤੇਰੇ ਰਾਸ਼ਨ ਕਾਰਡ, ਉਸੀ ਰਾਸ਼ਨ ਕਾਰਡ ਦਿੰਦੀ ਰਹੀ ਉਹ ਬੇਚਾਰੀ, ਆਪਣੀ ਪਰਦਾ ਕਰੇਗਾ ਇਹਨਾਂ ਇਹਨਾਂ ਪੂਰਾ ਕਰਦੇ ਰਹੇ, ਉਹ ਰੋਟੀ ਖਾਂਦੇ ਰਹੇ, ਸਾਰੇ ਫੰਕਸ਼ਨ ਹੋ ਜਾਂਦੇ ਰਹੇ। ਅੱਜ ਕਿਲੋ ਚੌਲ ਇੱਕ ਦੂਜੀ ਦੇ ਸਕਦੇ ਹਾਂ, ਦੇ ਸਕਦੇ ਹਾਂ। ਇਹ ਵਕਤ ਤੁਹਾਡੇ ਪਰਦੇ ਯਾਰ ਕੀਤੇ ਬੀਜੇਪੀ ਨੇ, ਔਰ ਤੁਹਾਡਾ ਪਰਦਾ ਪਾਣ ਆਏ ਦੁਬਾਰਾ ਕਾਂਗਰਸ। ਉਹ ਅਸੀਂ 5 ਨਹੀਂ ਦੇਣੇ, 5 ਕਿਲੋ ਨਹੀਂ ਦੇਣੇ, ਅਸੀਂ 10 ਕਿਲੋ ਦੇਣੇ, ਕਿ 5 ਕਿਲੋ ਚੌਲ ਤੇ 5 ਕਿਲੋ ਕਣਕ ਜਾਂ ਆਟਾ, ਔਰ ਖੰਡ ਪੁਰਾਣੀ ਵਾਪਸ। ਮਿੱਠਾ ਮੂੰਹ ਹੋਇਆ, ਖੰਡ ਪੁਰਾਣੀ ਵਾਪਸ। ਔਰ ਸੁਣੋ, 10 ਕਿਲੋ ਚੌਲ ਇੱਕ ਆਦਮੀ ਕੀ ਨਫ਼ਰ ਕੀ ਫ੍ਰੀ ਫ੍ਰੀ ਇੱਕ, ਉਸ ਹਮੇਸ਼ਾ ਦੇ ਦੇਵਾਂਗਾ। ਮੈਂ ਜਨਾਬ ਕੀ ਕਰਾਉਣਾ ਚਾਹੁੰਦਾ, ਤੁਸੀਂ 5 ਲੱਖ ਰੁਪਇਆ ਆਜ ਨੂੰ ਸਮਾਨ ਆਉਂਦਾ ਹੈ ਨਾ, ਬੰਦ ਹੋਈ ਦਾ ਕਿਸ ਨੰਬਰ ਦਾ ਪਤਾ ਪਤਾ ਨਹੀਂ, ਪਤਾ ਸਮਝਾਇਓ ਸਾਰੀ ਇਹਨਾਂ ਬੰਦ ਕੀਤਾ ਚੌਧਰੀ ਲਾਲ ਸਿੰਘ ਦੀ ਕਾਂਗਰਸ ਔਰ ਐਨਸੀ ਦੀ ਸਰਕਾਰ ਕੀ ਆਖਿਆ ਦੀ। ਤੁਸੀਂ ਅਸ 5 ਲੱਖ ਦੀ ਜਗ੍ਹਾ 25 ਲੱਖ ਰੁਪਇਆ, ਖੁਦਾ ਕੁਛ ਹੀ ਭਗਵਾਨ ਬਿਮਾਰ ਨਹੀਂ ਕਰਿਆ,
5 lakh ਤੱਕ ਕਰਕੇ ਬਿਮਾਰ ਹੋ ਗਏ, ਉਹਦੇ ਪਰ ਸਰਕਾਰ ਸਾਡੀ 5 lakh ਤੱਕ ਖਰਚਾ ਕਰ ਗਈ ਔਰ ਐਸੀ ਸਰਕਾਰ ਆਈ ਇਨ ਤੁਹਾਡੇ ਉਹਦੇ ਪਰ ਟੈਕਸ ਉਹਦੇ ਪਰ ਅੱਜ ਖੁੱਲੇ ਮਾਰ ਕਰ ਉਹ ਵਾਪਸ ਕਰ ਰਹੇ ਅਸੀਂ ਸਾਰੇ ਆਏ ਹੈਰਾਨ ਹੁੰਦੇ ਹਾਂ ਵਿਚਾਰੀਆਂ ਸਾਰੇ ਘਰੇ ਰਸੋਈਆਂ ਸਾਈਆਂ ਲੋਕਾਂ ਕਈਆਂ ਘਰ ਬੜੀ ਸ਼ਾਲ ਸੋਈਆਂ ਬਣਾਈਆਂ ਔਰ ਸੋਈਆਂ ਬਣਾਈਆਂ ਫਿਰ ਡੱਬੇ ਲੈਂਦੇ ਚਿੱਟੇ ਚਿੱਟੇ ਡੱਬੇ ਡੱਬੇ ਲੈਂਦੇ ਸ਼ਾਇਦ ਟਾਕੀ ਸ਼ਾਕੀ ਮਾਰੀ ਚਿੱਟੇ ਡੱਬੇ ਇਹਦੇ ਚ ਪਾਈ ਮਾਏ ਦੀ ਤਾਂ ਛੋਲੇ ਦੀ ਤਾਂ ਰਾਜਮਾਂਹ ਇਹ ਕੁਲਫ ਹੈ ਦਾਲਾਂ ਪਾਈਆਂ ਡੱਬੀਆਂ ਇਹ ਚੌਂ ਪੰਜ ਸਾਲਾਂ ਦੀਆਂ ਦਿਖਾਈਆਂ ਇਹ ਵੀ ਖਤਮ ਹੋਈ ਹੈ ਇਹ ਵੀ ਖਤਮ ਹੋਈ ਹੈ ਇਹ ਵੀ ਖਤਮ ਹੋਈ ਹੈ ਸਾਰਾ ਹੀ ਖਤਮ ਹੋਈ ਹੈ ਕੀ ਚਾਰਜ ਹੈ ਇਹ ਪੁੱਛਦੀਆਂ ਕੀ ਚਾਰਜ ਹੈ ਤੇ ਕਈ ਉਹ ਜਿਹੜੇ ਇਹ ਵੀ ਨਹੀਂ ਕਰਾਈ ਸਕਦੇ ਵੀ ਕੀ ਚਾਹੀਏ ਐਸੇ ਲੋਕਾਂ ਦੀ ਗਲਤ ਹੋਈ ਬਹੁਤ ਬੁਰੀ ਗਲਤ ਹੋਈ 100 ਰੁਪਏ ਬਿਜਲੀ ਸਿੱਧੀ 500 ਰੁਪਇਆ ਮੇਰੇ ਜ਼ਮਾਨੇ ਘੁੰਡੀ ਲੱਗਦੀ ਫ੍ਰੀ ਲਾਲ ਸਿੰਘ ਦੀ ਤੂਤੀ ਬੋਲਦੀ ਸੀ ਤੇ ਤੁਸੀਂ ਘੁੰਡੀ ਵੀ ਚੱਲਦੀ ਸੀ ਹੁਣ ਪੁੱਤਰੋ ਘੁੰਡੀ ਦੁਆਰਾ ਲੱਗਣੀ ਹੈ ਮੁਫ਼ਤ ਘੁੰਡੀ ਹੋਏ ਬਿਜਲੀ ਦੀ ਇਸ ਕਰੀਏ ਤੁਹਾਡਾ ਰਾਜ ਰਿਵਾਈਵ ਹੋ ਗਿਆ ਦੁਬਾਰਾ ਵਾਪਸ ਆ ਗਿਆ ਦੁਬਾਰਾ ਵਾਪਸ ਆ ਗਿਆ ਔਰ ਸਾਰੇ ਬੱਚੇ ਕਿਸੇ ਕੋਲ ਕੱਟਣੀ ਹੈ ਕਿਸੇ ਚੀਜ਼ ਕੋਲ ਕੱਟਣੀ ਹੈ ਔਰ ਕੋਈ ਚੀਜ਼ ਕੋਲ ਕੱਟਣੀ ਹੈ ਕਿਸੇ ਸੁੰਦਰਤਾ ਕਿਤੇ ਬਿਊਟੀ ਕਿਤੇ ਪੜ੍ਹਾਈ ਕਿਤੇ ਲਿਆਕਤ ਕੋਈ ਕੱਟਣੀ ਹੈ ਮੌਕਾ ਨਹੀਂ ਹੈ ਨੋ ਚਾਂਸ